ਹਨਾ ਪਿੰਡ ਦਲੇਵਾ ਤੇ ਇੱਥੇ ਪਾਉਣੀ ਸੀ ਮਿੱਟੀ ਹਨਾ ਤੇ ਆਪਾਂ ਲੈ ਕੇ ਆਏ ਸੀ ਟਰੈਕਟਰ ਔਰ ਭੂਆ ਦੇ ਮੁੰਡੇ ਵਾਲਾ ਹੀ ਤੇ ਉਹਨੇ ਚਲਾਉਣਾ ਸੀਗਾ ਤੇ ਉਹਨੇ ਆਪਾਂ ਨੂੰ ਫੋਨ ਕਰਕੇ ਬੁਲਾ ਲਿਆ ਸੀ ਨਾ ਕਹਿੰਦਾ ਵੀ ਆ ਜਾ ਵੀਡੀਓ ਵੀਡੀਓ ਬਣਾ ਲਾਂਗੇ ਹੁਣ ਆਪਾਂ ਆ ਗਏ ਇੱਥੇ ਲਓ ਬਾਈ ਟਰੈਕਟਰ ਦੇਖੋ ਤੁਸੀਂ ਇੱਥੇ ਕਿਹੜੇ ਕਿਹੜੇ ਨੇ ਇੱਕ ਤਾਂ ਭਰਨ ਵਾਸਤੇ ਤਾਂ ਹਨਾ ਸੁਣਨ ਵਾਲੀ ਕਰ ਅਤੇ ਆਪਣਾ ਝੋਟਾ ਖੜਾ ਅਤੇ ਉਹ 4x4 ਜੌਂਡੀਅਰ ਖੜਾ ਇੱਥੇ ਆਪਣੇ ਵੱਲ ਨਾਲ 857 ਖੜਾ ਜੌਂਡੀਅਰ ਅਤੇ ਇੱਧਰ ਵੀ ਸਵਰਾਜ 611 ਜੌਂਡੀਅਰ ਅਤੇ ਵੀ ਦੇਖਦੇ ਹਾਂ ਕੀ ਬਣਦਾ ਛੋਟੇ ਅੱਜ ਕਹਿੰਦੇ ਇੱਥੇ ਪੂਰੀ ਮਤਲਬ ਐਨ ਸਿਰਾ ਗੱਲਬਾਤ ਹੋਣੀ ਹੈ ਛੋਟੇ ਗੁੱਟ ਹੋਣਾ ਛੋਟੇ ਗੁੱਟ ਬਣ ਵੀ ਭੁੱਲਾ ਯਾਰ ਟਰੈਕਟਰ ਵੀ ਬਹੁਤ ਖੜੇ ਹੋਣਗੇ ਯਾਰ ਬਾਕੀ ਦੇਖਦੇ ਹਾਂ ਕਿਹੜਾ ਇੱਥੇ ਕਿੰਨਾ ਜ਼ੋਰ ਮਾਰਦਾ ਪਤਾ ਲੱਗ ਜੂ ਲਓ ਬਾਈ ਕੰਮ ਸਿਰਾ ਬਾਰੀ ਆ ਗਈ ਜੌਂਡੀਅਰ 4x4 ਦੀ ਇਹ ਦੇਖਿਆ ਕਿਵੇਂ ਹੁਣ ਚੱਕੂਗਾ ਟਰਾਲੀ ਥਾਂ ਵੀ ਭੁੱਲ ਆਈ ਆ ਸਾਰਾ ਸਾਰਾ ਥੱਲੇ ਤਾਂ ਮਤਲਬ ਪੱਕਾ ਹੀ ਥੱਲੇ ਤਾਂ ਜਮਾਂ ਰੇਤਾ ਹੀ ਆ ਕੱਕਾ ਰੇਤਾ 4x4 ਦੇਖ ਦਿਆਂਗੇ ਕਿਵੇਂ ਕਿੰਨਾ ਖੜਾ ਹੋਊਗਾ ਇਹ 4x4ਲੇ ਕੰਮ ਕਰਨਗੇ ਕਿਤੇ ਟਾਇਰ ਘਣਾ ਭਰ ਗਈ ਥੋੜਾ ਯਾਰ ਥਾਂ ਘੱਟ ਆ ਪਿੱਛੋਂ ਤਾਂ ਰਹਿ ਗਈ ਖਾਲੀ ਮੂਹਰੋਂ ਮੂਹਰੋਂ ਭਰ ਗਈ ਹੁਣ ਪਿੱਛੋਂ ਲਾ ਕੇ ਭਰੂ ਮੈਨੂੰ ਲੱਗਦਾ ਬੈਕ ਲਾ ਕੇ ਫਿਰ ਭਰਨਾ ਪਊ ਯਾਰ ਯਾਰ ਮਿੱਟੀ ਘੱਟ ਪਈ ਸੀ ਅਜੇ ਪਿੱਛੋਂ ਦਾ ਭਰਿਆ ਨਹੀਂ ਸੀ ਹੁਣ ਵਾਰੀ ਆ ਗਈ ਸਵਰਾਜ ਦੀ ਆਪਣੇ ਵਾਲਾ ਵੀ ਉੱਧਰ ਖੜਾ ਹਜੇ ਸਾਈਡ ਤੇ ਖੜਾ ਉੱਧਰ ਉਹਦੀ ਵਾਰੀ ਫੇਰ ਲਿਆਵਾਂਗੇ ਹੁਣ ਆ ਗਈ ਵਾਰੀ ਸਵਰਾਜ ਦੀ ਆ ਬਾਈ ਨੂੰ ਭਰਾਉਣ ਦਾ ਸਾਹਬ ਵਧੀਆ ਇਹ ਮਤਲਬ ਪੂਰੀ ਫੁੱਲ ਭਰਾਈ ਜਾਂਦਾ ਟਰਾਲੀ ਦੇਖਦੇ ਹਾਂ ਵੀਰੇ ਉਹ ਸੋਲਾਂ ਦੇ ਟਾਇਰਾਂ ਵਾਲਾ ਇਹ ਬਾਕੀ ਟਰਾਲੀ ਇਹ ਟਰਾਲੀ ਦੀ ਸਿੰਗਲ ਟਾਇਰ ਹੀ ਹੈ ਨਹੀਂ ਪਤਾ ਕੱਢ ਕੇ ਉਹ ਕੱਢ ਲਿਆ ਆਪਣੇ ਵਾਲਾ ਉਹ ਲਾਊਗਾ ਹੁਣ ਟਰੈਕਟਰ ਵੀ ਨਵਾਂ ਹੀ ਆ ਸਾਈਡ ਗੇਅਰ ਵਾਲਾ ਹੈ 3 ਸਪੀਡ
बाज मित्रो बाज बाज देखो बाज सप नचदा सप लो भाई लग गया झोटा ਇਹਦਾ ਬਾਈ ਜਮਦੂਰਦਾਰ ਨੂੰ ਝੋਟਾ ਹੀ ਲੱਗਦਾ ਯਾਰ ਇਹਦਾ ਜਿਵੇਂ ਪਿਛਲੇ ਟਾਇਰਾਂ ਦੇ ਪਹਿਲਾਂ ਸੀ 14 ਦੇ ਅਤੇ ਹੁਣ ਪਵਾਏ ਹੋਏ ਨੇ 16 ਦੇ ਹੈ ਨਾ ਜ਼ੋਰ ਹੀ ਵਾਲਾ ਮਾਰਦਾ ਇਹ ਦੂਲੇ ਵੀ ਵੱਡੀ ਪਵਾਏ ਹੋਏ ਨੇ ਟਰਾਲੀ ਦੇਖ ਲਓ ਤੁਸੀਂ ਟਰਾਲੀ ਦੇ ਸਾਈਡਾਂ 'ਤੇ ਵੀ ਉਹ ਲਾਏ ਹੋਏ ਨੇ ਹੋਰ ਕਿਸੇ ਟਰਾਲੀ ਦੇ ਨਹੀਂ ਹੈਗੇ ਲਓ ਬਾਈ ਹੋ ਗਈ ਟਰਾਲੀ ਫੁੱਲ ਥੋੜ੍ਹੀ ਰਹਿ ਗਈ ਬਸ ਯਾਰ ਥਾਂ ਵਾਲਾ ਘੱਟ ਹੈ ਇੱਥੇ ਤੱਕ ਹੀ ਜਾਇਆ ਜਾਂਦਾ ਭਰ ਗਈ ਟਰਾਲੀ ਦਾ ਖੜਾ ਲਾ ਓਏ खड़ा ला चल आज देखो यार तुम यदि बखरी हुई है आंदा झोटे कुट ट्राली वाली भरी गई है फुल भरी गई है ट्राली फुल ਹੋਰ ਬਾਈ ਹੋਰ ਨੂੰ ਤਾਂ ਵੱਡੀ ਟਰਾਲੀ ਚਾਹੀਦੀ ਆ 14 ਫੁੱਟੀ ਹੁਣ ਫਿਰ ਪਤਾ ਲੱਗਦਾ 11 ਫੁੱਟੀ ਦਾ ਇਹਨਾਂ ਦਾ ਕੀ ਪਤਾ ਲੱਗਦਾ ਇਹ ਧੂਆਂ ਦੇਖੋ ਮੇਰੇ ਵੀਰਿਓ ਅਜੇ ਉਹ ਥਾਂ ਕਰੜਾ ਜਦੋਂ ਦੂਜੀ ਵਾਰੀ ਆਊਗੇ ਨਾ ਇੱਧਰਲੇ 'ਚ ਇੱਥੇ ਰੇਤਾ ਹੀ ਆ ਇੱਥੇ ਫੇਰ ਵਾਲੀਆਂ ਕੱਢਣੀਆਂ ਟਰਾਲੀਆਂ ਇਹ ਲੱਗੂ ਪਤਾ ਇੱਕ ਜਾਂਡੀ ਯਾਰ ਹੋਰ ਲੱਗ ਗਿਆ ਆ ਗਿਆ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਕਹਿੰਦੇ ਨਾ ਅਟ ਗਿਆ ਰਹਿ ਬਾਈ ਨਾਟ ਗਿਆਰਾਂ ਦੀ ਵੀ ਹੋ ਗਈ ਟਰਾਲੀ ਫੁੱਲ ਦੇਖਦੇ ਹਾਂ ਇਹ ਵੀ ਸਿੰਗਲ ਟੈਰੀ ਵੀ ਆ ਚੱਲ ਓਏ ਬਾਈ ਆ ਗਈ ਆਂਟ ਲੱਗ ਗਈ ਪਿੱਛੇ ਆਂਟ ਲੱਗ ਗਈ ਬਾਬੇ ਉਹ ਹੋਰ ਮਾੜਾ ਜਿਹਾ ਥਾਂ ਗਏ ਚ ਮਾੜੀ ਕਿੱਥੇ ਟਰਾਲੀ ਪੂਰੀ ਵੀ ਨਹੀਂ ਭਰਦੀ ਭਰਦੀ ਵੀ ਨਹੀਂ ਪੂਰੀ ਹੋਰ ਨੀ ਕੋਈ ਚੱਕਣ ਵਾਲਾ ਹੈਗਾ ਇੱਧਰ ਲਾ ਦਿਆ ਕਰਨ ਘੱਟ ਇਹ ਕਿਵੇਂ ਖੂਨ ਜੀ ਉੱਚੀ ਇਹਨਾਂ ਦੀ ਆਹਾ ਇੰਨਾ ਇਹ ਮਿੱਟੀ ਆਪਦੇ ਵਾਹਨ ਚ ਪਾਈ ਜਾਂਦੇ ਨੇ ਨੀਵਾ ਉਹ ਵਾਹਨ
ਹੈ ਮਾੜਾ ਮੋਟਾ ਨਹੀਂ ਮਾ ਉਹ ਕੀ ਕਰ ਗਿਆ ਬਈ ਇੱਕ ਵਾਰੀ ਤਾਂ ਨਾ ਉਹਦੇ ਉੱਤੇ ਵਾਲੀ ਪਰਤ ਜੀ ਚੱਕ ਕੇ ਦੂਜੀ ਪਰਤ ਜੀ ਸ਼ੁਰੂ ਕਰਤੀ ਤੇ ਹੁਣ ਮਿੱਟੀ ਵੀ ਭੁੱਲੀ ਯਾਰ ਥੋੜ੍ਹੀ ਜੀ ਟਰੈਕਟਰ ਗੜਨ ਗੁੜਨ ਵਾਲਾ ਕੰਮ ਤਾਂ ਹੈ ਨਹੀਂ ਯਾਰ ਕੋਈ ਇੰਨਾ ਹੈ ਨਾ ਮਤਲਬ ਵਧੀਆ ਸੌਖੇ ਤਰੀਕੇ ਨਾਲ ਅਸੀਂ ਲਈ ਜਾਂਦੇ ਨੇ ਬਸ ਉੱਥੋਂ ਜਾ ਕੇ ਉੱਥੇ ਮਤਲਬ ਇੰਨੀ ਮਿੱਟੀ ਨਹੀਂ ਪੈਂਦੀ ਜਾ ਕੇ ਪੈਕ ਕਰ ਦਿੰਦੇ ਨੇ ਪੈਕ ਕਰਕੇ ਮੁੜ ਕੇ ਸਿੱਧਾ ਲਿਆ ਜਿਹੜਾ ਮੈਂ ਪਿਛਲਾ ਗੇੜਾ ਇੱਕ ਗੇੜਾ ਲੈ ਕੇ ਗਿਆ ਮੈਂ ਅਤੇ ਜਮ੍ਹਾਂ ਸਾਰਾ ਇੱਧਰ ਕਰਾ ਇੱਧਰ ਵੀ ਨਹੀਂ ਲਾਇਆ ਸੀ ਇੱਧਰ ਉਹ ਜਮ੍ਹਾਂ ਸਿਰੇ ਤੋਂ ਟਰਾਲੀ ਭਰੀ ਸੀ ਇੱਧਰ ਅਤੇ ਜਮ੍ਹਾਂ ਮਤਲਬ ਟਰੈਕਟਰ ਚੁੱਕੀ ਛੱਡਦੀ ਮੈਂ ਭਰੀ ਸੀ ਉਹ ਭੂਆ ਦਾ ਮੁੰਡਾ ਉਹ ਦੂਜੀ ਚਲਾ ਰਿਹਾ ਸੀ ਉਹ ਲੋਡਰ ਜਾ ਅਤੇ ਮੈਂ ਲਾ ਕੇ ਟਾਪ ਲੋ ਛੱਡਤਾ ਕੇ ਰਾਹੀਂ ਗਿਆ ਪੈਂਦਾ ਫਿਰ ਹੁੱਕ ਵੀ ਦੇਖੋ ਕਿੰਨੀ ਮੋਟੀ ਪਾਈ ਹੋਈ ਹੈ ਹੁੱਕ ਦੇਖ ਲਓ ਪਾਈ ਹੋਈ ਪਹਿਲਾਂ ਵਾਲੀ ਹੁੱਕ ਇੱਦੋਂ ਥੋੜ੍ਹੀ ਪਤਲੀ ਸੀ ਉਹ ਵੀ ਐਂ ਮਿੱਟੀ ਦੇ ਵਿੱਚ ਉਹ ਤੋੜਤੀ ਸੀ ਜ਼ੋਰ ਬਹੁਤ ਮਾਰਦਾ ਯਾਰ ਇਹ ਟਰੈਕਟਰ ਬਾਬੇ ਉਹ ਆਪਾਂ ਗੇੜੇ ਲਾਈ ਜਾਂਦੇ ਸੀ ਕਹਿੰਦੇ ਟਰੈਕਟਰ ਫਸਣੇ ਸਟਾਰਟ ਹੋ ਗਏ ਆਹ ਤਾਂ ਕਾਹਨੂੰ ਫਸਦਾ ਇਹ ਫਸਣ ਵਾਲੀ ਚੀਜ਼ ਨੇ ਇਹ ਤਾਂ ਰੇਸ ਹੀ ਵਾਲੀ ਆਉਂਦੀ ਆ ਉਹ ਨਾਟ ਗੇਅਰਾਂ ਫਸ ਗਿਆ ਕਹਿੰਦੇ ਸਿੱਧੂ ਮੂਸੇ ਵਾਲਾ ਫਸ ਗਿਆ ਦੇਖਦੇ ਹੁਣ ਕਿਵੇਂ ਉਹ ਪਤਾ ਕੀ ਹੋਇਆ ਯਾਰ ਉਹ ਡਰਾਈਵਰ ਤਾਂ ਉੱਥੇ ਬੈਠ ਕੇ ਚਾਹ ਪੀਣ ਲੱਗ ਗਿਆ ਸੀ ਇਹ ਹੋਰ ਭਰਨ ਆਇਆ ਸੀ ਕੋਈ ਅਤੇ ਇਹਨਾਂ ਨੂੰ ਹਿਸਾਬ ਘੱਟਾ ਹਜੇ ਟਰੈਕਟਰ ਚਲਾਉਂਦਾ ਨਾਟ ਗੇਅਰਾਂ ਮਗਾ ਹੱਥੇ ਤਾਂ ਗੇਅਰ ਵੀ ਕਿੱਥੇ ਹੁੰਦੇ ਨੇ ਹੱਥ ਨਹੀਂ ਲੱਗਦਾ ਕਈ ਵਾਰੀ ਅਰੇ ਏਸੀ ਦੇਈ ਜਾਂਦਾ ਉਹਨੂੰ ਹਲੇ ਹਿਸਾਬ ਘੱਟਾ ਯਾਰ ਬਚੀ ਆ ਉਹ ਦੂਜਾ ਡਰਾਈਵਰ ਬਹਿ ਗਿਆ ਕਹਿੰਦੇ ਲੜਾਈ ਵਾਹ ਹੋ ਰਿਹਾ ਉਹ ਪਿੱਛੇ ਕਰ ਲੈ ਪਿੱਛੇ ਬਈ ਇਹਦਾ ਆਪਦਾ ਡਰਾਈਵਰ ਆ ਕੇ ਬਹਿ ਗਿਆ ਜਿਹਦਾ ਟਰੈਕਟਰ ਇਹ ਮਾਰੀ ਬੈਗ ਟਰਾਲੀ ਜਾਂਦਾ ਉਹ ਬਾਈ ਨੂੰ ਚਲਾਉਣਾ ਹੀ ਘੱਟ ਆਉਂਦਾ ਸੀ ਯਾਰ ਉਹਨੂੰ ਹਿਸਾਬ ਘੱਟ ਆਉਣਾ ਅਜੇ ਚਲਾਉਣ ਦਾ ਹਾਂ ਬਾਬੇ ਉਹ ਫੋਨ ਦੀ ਹੋ ਗਈ ਮੈਮੋਰੀ ਫੁੱਲ ਤੇ ਤਾਂ ਕਰਕੇ ਵੀਡੀਓ ਘੱਟ ਬਣੀ ਆ ਗਿਆ ਝੋਟਾ ਉੱਥੋਂ ਲੈ ਗਿਆ ਸਿੱਧਾ ਹੁਣ ਉੱਥੋਂ ਬੈਕ ਕਰਨਾ ਪਊ ਫਿਰ ਕਿਤੇ ਮੁੜ ਇੱਕ ਥਾਂ ਘੱਟਾ ਯਾਰ ਇੱਥੇ ਮੁੜਨ ਮਾੜਨ ਵਾਸਤੇ ਜਿਹੜਾ ਘੇਰਾ ਇੱਥੇ ਤੱਕ ਬੈਕ ਆ ਗਿਆ ਉਹ ਤਾਂ ਮੁੜ ਜਾਂਦਾ ਵੈਸੇ ਵੀ ਜਾਂਦਾ ਖਿੱਚਦਾ ਬਸ ਹੁਣ ਨਹੀਂ ਮੁੜਦਾ ਫੇਰ ਸਿੱਟ ਲਈ ਭੋਲੇ ਜਾ ਹਾਂ ਭੋਲਾ ਆ ਗਿਆ ਆਪਣੇ ਵਾਲੇ ਲਿਆਉਣਾ ਹੁਣ ਇਹਦਾ ਭਰ ਗਈ ਟਰਾਲੀ ਗਿਆ ਨਾਲ ਮੱਥਾ ਮਾਰਦਾ ਫਿਰਦਾ ਇਹ ਬਾਬੇ ਉਹ ਕਹਿੰਦੇ ਉੱਧਰ ਕੀ ਹੋ ਗਿਆ
ਪੁਰਾਣਾ ਫਸ ਗਿਆ ਪੁਰਾਣਾ ਫਸ ਗਿਆ ਕਹਿੰਦੇ ਪੁਰਾਣਾ ਮਾਡਲ ਹੈ ਮੈਂ ਤਾੜ ਕੇ ਲੰਘਾਉਣਾ ਸੀ ਉਹਨੇ ਉਹ ਟਰਾਲੀ ਲਾਹੀ ਜਾਂਦਾ ਵਾਲੀ ਰੇਸ ਆਉਂਦੀ ਆ ਬਈ ਆਹ ਹੱਥ ਵਾਲੀ ਰੇਸ ਨਾ ਲੰਘ ਜਾਂਦੀ ਆ ਉਰੇ ਜੋ ਫੁੱਲ ਰੇਸ ਚੱਕਦੀ ਹੈ ਨਾ ਆਈ ਬਸ ਮਿੱਟੀ ਮੁੱਟੀ 'ਚ ਉਰੇ ਲੰਘ ਜਾਂਦੀ ਆ ਫਿਰ ਇਹ ਕਿੱਥੇ ਦਬੂਗਾ ਨਾ ਆਹ ਜਾ ਤਾਂ ਹੁੱਕ ਤੋੜੂ ਆ ਆਰ ਪਾਰ ਹੀ ਜਾਊ ਬਸ ਦਬਦਾ ਇਹ ਹੈ ਨਹੀਂ ਮਿੱਟੀ ਘਟਾ ਲਈ ਹੁਣ ਦੇਖਦੇ ਹਾਂ ਪਾਪਾ ਮੂਹਰੇ ਕਰੀ ਜਾਂਦਾ ਟਰੈਕਟਰ ਲੱਗਦਾ ਹੁੱਕ ਤੇ ਲੱਗਦਾ ਉਹਦੀ ਟਾਇਰ ਤੱਕ ਮਾ ਗੁਰੂ ਆ ਲਓ ਬਾਈ 4x4 ਵੀ ਚੱਕਤਾ ਮਿੱਟੀ ਡੱਕਦੀ ਪਰ ਉਹ ਉੱਧਰ ਦੀ ਲੰਘਾਉਣਾ ਨਹੀਂ ਉਹਨੇ ਬੈ ਕਰਕੇ ਤਾਰ ਲੈਣਾ ਦੇਖੀ ਬੈ ਕਰਕੇ ਸੌਖੇ ਲੰਘ ਜਾਂਦੇ ਆ ਟਰੈਕਟਰ ਬੈ ਕਰਕੇ ਥੱਲੇ ਤਾਰ ਲੂ ਫਿਰ ਬਸ ਮੋੜ ਲੂ ਜਿਹੜੇ ਪਾਲੇ ਬਾਬੇ ਸਾਹਮਣੇ ਸਿੱਧਾ ਹੀ ਚੜਾ ਲੈਣੀ ਉਹ ਮਿੱਟੀ ਤੇ ਥੱਲੇ ਵਾਹਣ ਚ ਲਓ ਬਾਈ ਕਹਿੰਦੇ 3:30 ਹੋ ਗਏ ਆ ਬੰਦਾ ਪਿਆ ਟਰੈਕਟਰ ਗੜ ਗਿਆ ਹੁਣ ਕਹਿੰਦੇ ਹੁਣ ਗੜਨ ਲੱਗੇ ਨੇ ਸਵੇਰ ਦਾ ਹੀ ਵੇਟ ਕਰੀ ਜਾਂਦੇ ਸੀ ਕਦੋਂ ਗੜਨਗੇ ਹੁਣ ਗੜਨ ਲੱਗੇ ਨੇ ਹਟ ਗਿਆ ਕਹਿੰਦੇ ਟੋਚਰ ਲੱਗ ਗਿਆ।